ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸਾਨੀ ਅੰਦੋਲਨ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਆ। ਕਿਸਾਨੀ ਅੰਦੋਲਨ ਜਿਹੜਾ ਕਿ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਆਪਣੇ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਨੇ, ਅਤੇ ਉੱਥੇ ਜੇ ਤੁਸੀਂ ਦੇਖੋ ਤਾਂ ਪਾਵਰ ਬੈਂਕ ਵਗੈਰਾ ਦੀ ਲੰਗਰ ਸਾਨੂੰ ਵੱਖਰੇ ਵੱਖਰੇ ਲੰਗਰ ਵੇਖਣ ਨੂੰ ਮਿਲੇ ਨੇ, ਜਿਵੇਂ ਬਦਾਮਾਂ ਦੇ ਲੰਗਰ, ਅਤੇ ਸਾਨੂੰ ਖਬਰ ਇਹ ਵੀ ਮਿਲੀ ਸੀਗੀ ਕਿ ਵਾਸ਼ਿੰਗ ਮਸ਼ੀਨ ਦੇ ਉੱਥੇ ਲੰਗਰ ਵੀ ਲਾਏ ਗਏ ਨੇ। ਸੋ ਇੱਕ ਸਾਡੇ ਨਾਲ ਜ਼ੀਰਕਪੁਰ ਤੋਂ ਨੌਜਵਾਨ ਨੇ ਜਿਹੜੇ ਕਿ ਕਹਿੰਦੇ ਨੇ ਕਿ ਜੇਕਰ ਕਿਹੜੀ ਕੱਲ੍ਹ ਮੀਟਿੰਗ ਹੈ ਉਹ ਬੇਸਿੱਟਾ ਨਿਕਲਦੀ ਹੈ ਤਾਂ ਉਹ ਜਿੰਮ ਦਾ ਲੰਗਰ ਲਾਉਣਗੇ। ਸਾਡੇ ਨਾਲ ਵੀ ਨੇ ਉਹ ਨੌਜਵਾਨ, ਅਤੇ ਅਸੀਂ ਗੱਲਬਾਤ ਕਰਦੇ ਹਾਂ। ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਨਮਸਕਾਰ ਜੀ, ਔਰ ਤੁਹਾਡੇ ਚੈਨਲ ਵੱਲੋਂ ਮੈਂ ਸਾਰੇ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ। ਮੈਂ ਕੱਲ੍ਹ ਉੱਧਰ ਜਾ ਕੇ ਆਇਆ ਸਿੰਧੂ ਬਾਰਡਰ 'ਤੇ, ਪਹਿਲਾਂ ਵੀ ਇੱਕ ਦਫਾ ਗਿਆ ਸੀ, ਤਾਂ ਉੱਥੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਯੂਥ ਇਕੱਠਾ ਹੋਇਆ ਹੋਇਆ, ਅਤੇ ਲੰਬਾ ਟਾਈਮ ਹੋ ਗਿਆ, 10-12 ਦਿਨ ਹੋ ਗਏ ਹੈ, ਔਰ ਮੈਨੂੰ ਲੱਗਦਾ ਨਹੀਂ ਕਿ ਕੱਲ੍ਹ ਨੂੰ ਵੀ ਫੈਸਲਾ ਸਰਕਾਰ ਦਾ ਆਊਗਾ। ਜੇ ਅੱਜ ਦਾ ਸਾਡਾ ਅੰਦੋਲਨ ਬੜਾ ਮਜ਼ਬੂਤ ਰਿਹਾ ਤਾਂ ਸਰਕਾਰ ਨੂੰ ਆਪਣੇ ਘੁੱਟਣੇ ਟੇਕਣੇ ਪੈਣੇ। ਜੇ ਸਰਕਾਰ ਨੇ ਆਪਣਾ ਫੈਸਲਾ ਕਿਸਾਨਾਂ ਦੇ ਹੱਕ 'ਚ ਨਹੀਂ ਦਿੱਤਾ ਤਾਂ ਪਰਸੋਂ ਨੂੰ ਅਸੀਂ ਨੌਜਵਾਨਾਂ ਵਾਸਤੇ ਉੱਥੇ ਜਿੰਮ ਦਾ ਲੰਗਰ ਲਾਵਾਂਗੇ, ਕਿਉਂਕਿ ਮੈਂ ਨੋਟ ਕੀਤਾ ਉੱਥੇ ਜਿਹੜੇ ਰੈਗੂਲਰ ਬੇਸਿਸ 'ਤੇ ਐਕਸਰਸਾਈਜ਼ ਲਾਉਂਦੇ ਹੈ, ਸਪੋਰਟਸ ਪਰਸਨ ਹੈ, ਚਾਹੇ ਉਹ ਪਾਵਰ ਲਿਫਟਰ ਹੋਵੇ ਚਾਹੇ ਉਹ ਬਾਡੀ ਬਿਲਡਰ ਹੋਵੇ, ਜਿੰਮ ਕਿਆ ਹੋ ਗਿਆ ਕਿ ਹਰ ਇੱਕ ਸਪੋਰਟਸ ਦੀ ਡਿਮਾਂਡ ਹੋ ਗਈ ਹੈ। ਤਾਂ ਮੈਂ ਚਾਹੁੰਦਾ ਉੱਥੇ ਸਪੋਰਟਸ ਪਰਸਨਾਂ ਦਾ ਵੀ ਪੂਰਾ ਯੋਗਦਾਨ ਰਹੇ, ਔਰ ਜਿਹੜਾ ਵੀ ਸਪੋਰਟਸ ਪਰਸਨ ਉੱਥੇ ਆਪਣਾ ਯੋਗਦਾਨ ਦੇ ਰਿਹਾ ਹੈ ਉਹਨੂੰ ਕਿਸੇ ਪਾਸੇ 'ਤੇ ਇਹ ਨਾ ਲੱਗੇ ਕਿ ਮੈਂ ਆਪਣੀ ਸਿਹਤ ਨਾਲ, ਆਪਣੇ ਕੈਰੀਅਰ ਨਾਲ, ਆਪਣੇ ਗੇਮ ਨਾਲ ਕੰਪਰੋਮਾਈਜ਼ ਕਰ ਰਿਹਾ। ਜੀ, ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਜਿਹੜੀਆਂ ਮੀਟਿੰਗਾਂ ਨੇ ਉਹ ਬੇਸਿੱਟਾਂ ਨਿਕਲਦੀਆਂ ਨੇ, ਅਤੇ ਤੁਸੀਂ ਕਹਿੰਦੇ ਹੋ ਕਿ ਸ਼ਾਇਦ ਤੁਹਾਨੂੰ ਲੱਗਦਾ ਵੀ ਕੱਲ੍ਹ ਵਾਲੀ ਜਿਹੜੀ ਮੀਟਿੰਗ ਹੈ ਉਹ ਵੀ ਬੇਸਿੱਟਾਂ ਨਿਕਲੇ, ਇੱਦਾਂ ਕਿਉਂ ਲੱਗਦਾ ਤੁਹਾਨੂੰ? ਨਹੀਂ, ਦੇਖੀਏ, ਅਸੀਂ ਪਹਿਲੀ ਵਾਰ ਭਾਰਤ ਬੰਦ ਕੀਤਾ, ਤਾਂ ਇਹ ਵਾਲੀ ਮੀਟਿੰਗ ਜੋ ਕੱਲ੍ਹ ਹੋਏਗੀ ਉਹ ਪਹਿਲਾਂ ਵਾਂਗ ਫਿੱਕੀ ਨਹੀਂ ਪੈਣੀ। ਅਸੀਂ ਇੰਨਾ ਜ਼ੋਰ ਲਾ ਦਿਆਂਗੇ ਅੱਜ ਦੀ ਡੇਟ ਦੇ ਵਿੱਚ, ਸਾਰੇ ਦੇਸ਼ ਨੂੰ ਬੰਦ ਕਰਕੇ, ਚੱਕਾ ਜਾਮ ਕਰਕੇ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸ਼ਾਂਤੀਪੂਰਵਕ ਨਾਲ। ਇਹੀ ਸਾਡਾ ਮੈਸੇਜ ਹੈ ਸਰਕਾਰ ਨੂੰ, ਅਤੇ ਕੱਲ੍ਹ ਜਿਵੇਂ ਮਰਜ਼ੀ ਹੋਏ ਕਿਸਾਨਾਂ ਦੇ ਹੱਕ 'ਚ ਆਪਣਾ ਫੈਸਲਾ ਦੇਵੇ। ਜੇ ਕੱਲ੍ਹ ਨੂੰ ਨਹੀਂ ਹੋਇਆ ਇਹ ਤਾਂ ਸਾਡੀ ਅੱਗੇ ਚੇਤਾਵਨੀ ਹੈ। ਜੀ ਜੀ, ਜਿਵੇਂ ਕਿ ਕਿਸਾਨ ਇਹ ਕਹਿੰਦੇ ਨੇ ਵੀ ਅਸੀਂ 6-6 ਮਹੀਨੇ ਦਾ ਰਾਸ਼ਨ ਲੈ ਕੇ ਗਏ ਹੋਇਆ ਇੱਥੋਂ, ਹੈ ਨਾ, ਅਤੇ ਜੇ ਤੁਸੀਂ ਲੈ ਕੇ ਜਾਂਦੇ ਹੋ ਪਰਸੋਂ ਉੱਥੋਂ ਜਿੰਮ ਦਾ ਲੰਗਰ ਲਾਉਂਦੇ ਹੋ, ਅਤੇ ਉਹ ਤੁਸੀਂ ਐਂਡ ਤੱਕ ਉੱਥੇ ਰਹੋਗੇ ਜੀ ਸੰਘਰਸ਼ ਜਦੋਂ? ਤੁਹਾਨੂੰ ਲੱਗਦਾ ਕਿ 6 ਮਹੀਨੇ ਦਾ, ਅਸੀਂ ਤਾਂ 3 ਸਾਲ ਦਾ, 4 ਸਾਲ ਦਾ ਰਾਸ਼ਨ ਵੀ ਲੈ ਕੇ ਪਹੁੰਚ ਜਾਂਗੇ ਉੱਥੇ? ਇਹ ਤਾਂ ਪੰਜਾਬ ਹੈ, ਇਹ ਪੰਜਾਬ ਦਾ ਰਾਸ਼ਨ ਤੋਂ ਛੱਡੋ ਗੱਲ, ਤੁਸੀਂ ਆਪਣਾ ਦਿੱਲੀ ਦਾ। ਮੈਂ ਕਹਿੰਦਾ ਜਦਾਂ ਉੱਥੇ ਇਹ ਚਾਲੂ ਹੋਇਆ ਕਿਸਾਨ ਅੰਦੋਲਨ, ਜਦਾਂ ਉੱਥੇ ਕੋਈ ਗਰੀਬ ਭੁੱਖਾ ਨਹੀਂ ਮਰਿਆ ਹੋਣਾ, ਕੋਈ ਗਰੀਬ ਠੰਡ ਦੇ ਵਿੱਚ ਨਹੀਂ ਮਰਿਆ ਹੋਣਾ, ਉੱਥੇ ਕੰਬਲ ਦੀ ਸੇਵਾ, ਲੰਗਰ ਦੀ ਸੇਵਾ ਜਿੰਨਾ ਉੱਥੇ ਭਈਆ ਹੈ, ਯੂਪੀ ਬਿਹਾਰ ਦੇ ਜਿੱਥੇ ਗਰੀਬ ਲੋਕ ਉੱਥੇ ਰਹਿੰਦੇ ਹੈ, ਉਹ ਸਾਰੇ ਆਪਣਾ ਖਾਣਾ ਬਣਾਉਣਾ ਛੱਡ ਕੇ ਉੱਥੇ ਲੰਗਰ ਖਾਂਦੇ ਹੈ, ਉਹਨਾਂ ਦਾ ਵੀ ਅਸੀਂ ਪੇਟ ਭਰ ਰਹੇ ਹਾਂ, ਸਾਡੇ ਪੇਟ ਦੀ ਤਾਂ ਟੈਨਸ਼ਨ ਕਰਨ ਦੀ ਲੋੜ ਹੀ ਨਹੀਂ ਹੈਗੀ। ਨੌਜਵਾਨ ਏਕਤਾ ਜ਼ਿੰਦਾਬਾਦ, ਮਜ਼ਦੂਰ ਨੌਜਵਾਨ ਏਕਤਾ ਜ਼ਿੰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ।